ਮੈਂ ਇੰਡੀਆ ਦੇ ਵਿੱਚ ਬਹੁਤ ਸਾਰੇ ਜਿਹੜੇ ਅਧਿਕਾਰ ਦੇ ਫਾਰਮ ਦੇਖੇ ਆ ਜਿਹੜੇ ਕੋਈ ਮਤਲਬ ਟਰਨ ਨਹੀਂ ਬਣਾਏ ਹੋਏ, ਸਿਰਫ ਪੱਧਰੇ ਲੱਗੇ ਆ। ਜਿੱਦਾਂ ਦਾ ਮੌਸਮ ਪਾਕਿਸਤਾਨ ਦਾ ਵਾ, ਇਸੇ ਤਰ੍ਹਾਂ ਦਾ ਮੌਸਮ ਇੰਡੀਆ ਦਾ ਵਾ। ਸਿਰਫ ਹੋਰ ਜਿੰਨੇ ਵੀ ਜਗ੍ਹਾ ਦੇਖਿਆ ਮੈਂ, ਟ੍ਰਿਪ ਐਰੀਗੇਸ਼ਨ 'ਤੇ ਲੱਗਾ ਹੋਇਆ, ਬੈੱਡਾਂ 'ਤੇ ਲਾਇਆ, 2 ਫੁੱਟ ਦਾ ਬੈੱਡ ਆ ਅਤੇ ਉਹਦੇ ਉੱਤੇ ਅਧਿਕਾਰ ਲਾਇਆ ਹੋਇਆ। ਦੋਸਤੋ, ਇਹ ਟ੍ਰਿਪ ਐਰੀਗੇਸ਼ਨ ਦੇ ਨਾਲ ਇਹਨੂੰ ਵੈਸਟ ਡੀਕੰਪੋਜ਼ਲ ਪਾਓ। ਜਿੰਨਾ ਵੈਸਟ ਡੀਕੰਪੋਜ਼ਲ ਤੁਸੀਂ ਪਾਓਗੇ ਉਨਾ ਜ਼ਮੀਨ ਨਰਮ ਰਹੇਗੀ। ਨਰਮ ਜ਼ਮੀਨ ਦੇ ਵਿੱਚ ਅਧਿਕਾਰ ਹੁੰਦਾ। ਅਧਿਕਾਰ ਲਾਉਣ ਦਾ ਤਰੀਕਾ ਇਹੀ ਆ ਕਿ ਇਹਨੂੰ ਵੈਸਟ ਡੀਕੰਪੋਜ਼ਲ ਪਾਓ ਅਤੇ ਜ਼ਮੀਨ ਦੀ ਸੁੱਕਣ ਨਾ ਦਿਓ। ਪਾਣੀ ਖੜ੍ਹਾ ਨਾ ਹੋਵੇ, ਜ਼ਮੀਨ ਸੁੱਕੇ ਨਾ, ਜ਼ਮੀਨ ਪਾਟੇ ਨਾ। ਇਹਦਾ ਅਧਿਕਾਰ ਲਾਉਣ ਦਾ ਇਹੀ ਕਾਰਾਗਰੀ ਹੈ, ਹੋਰ ਕੋਈ ਕਾਰਾਗਰੀ ਨਹੀਂ ਇਹਦੀ ਅਧਿਕਾਰ ਦੀ। ਇੰਡੀਆ ਦੇ ਵਿੱਚ ਜਿੰਨਾ ਬਿਹਤਰੀਨ ਅਧਿਕਾਰ ਹੁੰਦਾ ਵਾ, ਦੁਨੀਆ ਦੇ ਵਿੱਚ ਹੋਰ ਕਿਤੇ ਵੀ ਨਹੀਂ ਅਧਿਕਾਰ ਹੁੰਦਾ। ਇਹ ਬਹੁਤ ਬਿਹਤਰੀਨ ਅਧਿਕਾਰ ਲਾਉਣ ਦਾ ਤਰੀਕਾ ਵਾ। ਇਹਨੂੰ ਵੈਸਟ ਡੀਕੰਪੋਜ਼ਲ ਜਿੰਨਾ ਪਾਓਗੇ ਉਨਾ ਜ਼ਿਆਦਾ ਇਹ ਵਧੇਗਾ। ਇਹ ਜ਼ਰੂਰ ਆਪਣਾ ਕਰੋ।